ਦੇ ਖੜੇ ਕੀਤੇ ਆ ਤੂੰ ਸ਼ਹਿਰ ਦੇ ਸਕੂਲੋਂ ਆਇਆ ਨਾ ਤੂੰ ਪਿੰਡ ਵਾਲੇ ਸਕੂਲ ਚ ਕਿਉਂ ਦਾਖਲਾ ਲੈ ਲਿਆ ਅੱਛਾ ਬੋਰਡ ਦੇ ਪੇਪਰਾਂ ਚੋਂ ਅੜ ਗਿਆ ਉਹ ਜਦੋਂ ਤੁਸੀਂ ਬੋਰਡ ਚੋਂ ਅੜ ਜਾਂਦੇ ਹੋ ਫਿਰ ਤੁਹਾਨੂੰ ਪਿੰਡ ਵਾਲੇ ਸਕੂਲ ਚ ਇੱਥੇ ਆ ਜਾਂਦੇ ਆ ਹਿੰਦੀ ਵਾਲੇ ਪੈਂਦੀ ਹੈ ਸਫਾਰਸ਼ੀ ਕੇਸ ਆਏ ਵੀ ਪੇਪਰਾਂ ਚੋਂ ਨਿਕਲਣਾ ਤਾਂ ਕਰਕੇ ਅੱਛਾ ਚੱਲ ਸ਼ੀਕੇ ਦਾ ਪੜਾ ਸੁਣਾ ਦੇ 6 1 6 6 2 12 ਓ ਅੱਖ ਤੇਰੀ ਤੇ ਐਡੀ ਗੂੰ ਪ੍ਰੀਸੀ ਹੋਈ ਹੈ ਤੇ ਤੂੰ 6 1 6 ਸ਼ੀਕੇ ਦਾ 1 ਸ਼ੀਕਾ ਸ਼ੀਕਾ 2 ਸ਼ੀਕੇ 12 ਇਦਾਂ ਸੁਣਾ ਐਦਾਂ ਕਰਦਾ ਕਰਦਾ ਕਿਤੇ ਸਾਡੇ ਨਿਆਣਾ ਦਾ ਸ਼ੀਕਾ ਨਾ ਗਵਾਦੀ ਆ ਜਾਂਦੇ ਹੋ ਤੁਸੀਂ 6 1 6 ਐਡਾ ਹੀ 6 6 ਹੀ ਤੇ ਉੱਥੇ ਨਹੀਂ ਨਿਕਲੇ ਪੇਪਰ ਫਿਰ ਤੁਹਾਡੇ ਨਾਲੇ ਨੇ ਸਾਡੇ ਨਿਆਣੇ ਨਹੀਂ ਵਿਗਾੜਦੇ ਵਾਲ ਜਾ ਕੱਲ ਨੂੰ ਥੱਲੇ ਬਿਠਾ ਕੇ ਆਈ ਵਾਲ ਜਿਹੜੇ ਉੱਤੇ ਤਾਂ ਨੂੰ ਐਡੇ ਕੰਡੇ ਖੜੇ ਕੀਤੇ ਆ ਪਤਾ ਨਹੀਂ ਕਿੱਦਾਂ ਸਕੂਲੇ ਆਈ ਦਾ ਤੁਹਾਨੂੰ ਤੁਸੀਂ ਉਹਦੇ ਵੱਲ ਲੈ ਕਰਕੇ ਵੇਖਣ ਡਿਆ ਤੂੰ ਇਹਦਾ ਕਿਆ ਕਰੂੰ ਰੋਲ ਨੰਬਰ 1 ਰੋਲ ਨੰਬਰ 2 ਰੋਲ ਨੰਬਰ 3 ਰੋਲ ਨੰਬਰ ਰੋਲ ਨੰਬਰ 3 ਅਖੜੀ ਹੋ ਐਡੇ ਪਰ ਵਟਿਆ ਜੇ ਕੱਟ ਕਿਉਂ ਲਾਇਆ ਤੂੰ ਹਾਂ ਕੀ ਹੋਇਆ ਬੋਰੀ ਦੇ ਧਾਗੇ ਜਿਹੜੀ ਬੋਰੀ ਥੱਲੇ ਵਿਛਾਈ ਉਹਦੇ ਧਾਗੇ ਨਾਲ ਪਰਵੱਟੇ ਬਣਾ ਮੁੰਨਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਨਾ ਕਿੰਨੇ ਕੀਤਾ ਹੈ ਕੰਮ ਤੇਰੇ ਨਾਲ ਹੋਰ ਆ ਰੋਲ ਨੰਬਰ 6 ਖੜੀ ਹੋ ਜਾ ਤੂੰ ਬੋਰੀ ਦੇ ਧਾਗੇ ਨਾਲ ਪਰਵੱਟੇ ਬਣਾਏ ਨਾ ਤੁਸੀਂ ਉਹਦਾ ਸਾਰਾ ਪਰਵੱਟਾ ਉਡਾਇਆ ਹੋਇਆ ਤੂੰ ਪਿੱਛੋਂ ਗੋਰੇ ਅੰਦਰੋਂ ਦਾ ਦਾਖਲਾ ਖਾਰਜ ਰਜਿਸਟਰ ਲੈ ਆਣਾ ਤੇ ਮੈਂ ਨਾ ਕੱਟਾ ਹੁਣੇ ਤੁਹਾਨੂੰ ਹੁਣੇ ਅੱਗ ਲੱਗ ਗਈ ਆ ਕਾਲਜ ਵਾਲੀ ਇਹ ਸਰਕਾਰੀ ਸਕੂਲ ਆ ਬੋਰੀ ਦੇ ਧਾਗੇ ਦੇ ਨਾਲ ਪਰਵੱਟੇ ਬਣਾਉਂਦੀਆਂ ਤੁਸੀਂ ਕਿੰਨੇ ਦਿਨ ਦੀਆਂ ਰਹਿੰਦੀਆਂ ਇੱਦਾਂ ਲਿਆ ਲਿਆ ਦਾਖਲਾ ਖਾਰਜ ਰਜਿਸਟਰ ਮੈਂ ਇਹਨਾਂ ਦਾ ਨਾ ਕੱਟਾਂ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗੇ ਕੁੜੀਆਂ ਸਾਡੀਆਂ ਕੀ ਕਰਦੀਆਂ ਸਕੂਲ ਦੇ ਵਿੱਚ ਪੜ੍ਹਨਾ ਲਿਖਣਾ ਤੁਹਾਨੂੰ ਆਉਂਦਾ ਨਹੀਂ ਆ ਪਰਵੱਟੇ ਮੁੰਨਣ ਤੇ ਬਹਿ ਵੀ ਗਈਆਂ ਆਣ ਕੇ ਸੈਂਸ ਮੇਰੀ ਦੀ ਕਲਾਸ ਦੇ ਵਿੱਚ ਨਾ ਬਹੁਤਾ ਤੈ ਤਬੜ ਨਾ ਕਰਿਆ ਕਰੋ ਮੈਂ ਤੁਹਾਨੂੰ ਦੱਸਾਂ ਅੱਛਾ ਆ ਸਫਲਤਾ ਦੀ ਕੁੰਜੀ ਕੱਢੋ ਕਹਿੰਦਾ ਹੈ ਵੀ ਜਦੋਂ ਬਾਲਟੀ ਖੂਹ 'ਚ ਸੁੱਟੀਏ ਤਾਂ ਉਦੋਂ ਜ਼ੋਰ ਨਹੀਂ ਲੱਗਦਾ ਤੇ ਜਦੋਂ ਬਾਲਟੀ 'ਚ ਪਾਣੀ ਭਰ ਕੇ ਖੂਹ 'ਚੋਂ ਤਾਂ ਕੱਢੀਏ ਤਾਂ ਉਦੋਂ ਜ਼ੋਰ ਕਿਉਂ ਲੱਗਦਾ ਤਾਂ ਸੈਂਸ ਦੇ ਮੁਤਾਬਕ ਉਹਨੂੰ ਕਹਿੰਦੇ ਆ ਗੁਰੂਤਾਕਸ਼ਰਣ ਬਲ ਗੁਰਤਾ ਬਲ ਹੁੰਦਾ ਵਾ ਜਿਹੜਾ ਜਿਹੜਾ ਸਾਨੂੰ ਜ਼ੋਰ ਲੱਗਦਾ ਬਾਲਟੀ ਥੱਲੇ ਨੂੰ ਜਾਂਦੀ ਹੈ ਹੈ ਤੂੰ ਉਹ ਪਿੱਛੇ ਤੂੰ ਦੰਦ ਕੱਢੀ ਜਾ ਤੁਹਾਡੇ ਵਰਗੇ ਨਲਾਇਕਾਂ ਨੇ ਕੀ ਕਰ ਲੈਣਾ ਜ਼ਿੰਦਗੀ 'ਚ ਜਦੋਂ ਕੋਈ ਚੰਗੀ ਗੱਲ ਸਿਆਣਾ ਬੰਦਾ ਸਮਝਾਉਣ ਡਿਆ ਤੁਸੀਂ ਪਿੱਛੇ ਦੰਦ ਕੱਢੀ ਜਾਓ ਤੇਰੇ ਵਰਗਾ ਬੰਦਾ ਹੀ ਨਾ ਉਹਦੀ ਨਜ਼ਰ 'ਚ ਥੋੜ੍ਹਾ ਜਿਹਾ ਫਰਕ ਹੀ ਤੇ ਇੱਕ ਦਿਨ ਘਰੇ ਆਪਣੀਆਂ ਨਜ਼ਰ ਆਈਆਂ ਐਨਕਾਂ ਭੁੱਲ ਗਿਆ ਤੇ ਉਹਦੇ ਨਾਲ ਦਾ ਬੰਦਾ ਉਹਨੂੰ ਬਾਹਰ ਜਾ ਕੇ ਕਹਿੰਦਾ ਵੀ ਤੂੰ ਅੱਜ ਐਨਕਾਂ ਨਹੀਂ ਲਾਈਆਂ ਤੈਨੂੰ ਦਿਖਦਾ ਤੇ ਹੈਗਾ ਨਾ ਅੱਜ ਕੋਈ ਗੱਲਬਾਤ ਤੇ ਨਹੀਂ ਤੇ ਕਹਿੰਦਾ ਦਿਖਦਾ ਤੇ ਹੈਗਾ ਵਾ ਪਰ ਮੈਨੂੰ ਅੱਜ HD 'ਚ ਨਹੀਂ ਦਿਖਣ ਡਿਆ ਤੇਰੀ ਉਹੀ ਗੱਲ ਆ ਪਿੱਛੇ ਬਹਿ ਕੇ ਨਾ ਹੜਚਾਂ ਵੱਢਦੇ ਰਿਹਾ ਕਰੋ ਪੇਪਰਾਂ 'ਚ ਮੁੜ ਕੇ ਉੱਥੇ ਅੱਛਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਪ੍ਰਾਇਮਰੀ ਸਕੂਲ ਤੋਂ ਹੁਣ ਇੱਥੇ ਵੱਡੇ ਸਕੂਲ ਸਰਕਾਰੀ ਹਾਈ ਸਕੂਲ ਆ ਗਏ ਹੋ ਤੇ ਹੁਣ ਇਸ ਸਕੂਲ ਦੇ ਵਿੱਚ ਆਪਾਂ ਇੰਗਲਿਸ਼ ਵੀ ਸਿੱਖਣੀ ਆ ਹਿੰਦੀ ਵੀ ਸਿੱਖਣੀ ਆ ਤੇ ਮੈਂ ਤੁਹਾਡਾ ਹਿੰਦੀ ਦਾ ਪੀਰੀਅਡ ਲਗਾ ਰਹੀ ਆ ਤੇ ਮੈਨੂੰ ਹਿੰਦੀ 'ਚ ਜ਼ਰੂਰੀ ਕੰਮ ਦੀ ਐਪਲੀਕੇਸ਼ਨ ਲਿਖ ਕੇ ਦੱਸੋ ਜਿੰਨੀ ਕੁ ਵੀ ਸਿੱਖਿਆ ਤੁਸੀਂ ਪ੍ਰਾਇਮਰੀ ਸਕੂਲ ਤੋਂ ਲਿਆ ਤੂੰ ਦਿਖਾ ਹਮੇ ਘਰ ਮੇ ਜ਼ਰੂਰੀ ਕੰਮ ਪੜ ਗਿਆ ਹੈ ਔਰ ਹਮੇ ਇੱਕ ਦਿਨ ਕੀ ਛੁੱਟੀ ਚਾਹੀਏ ਕਿੱਦਾਂ ਬੇਟਾ ਤੁਸੀਂ ਯੂਪੀ ਲਖਨਊ ਤੇ ਆਏ ਹੋ ਤੁਸੀਂ ਹਮੇ ਹਮੇ ਹਮਕੋ ਹਮਕੋ ਲਿਖਿਆ ਅੱਛਾ ਮੁਝੇ ਦੇ ਸਪੈਲਿੰਗ ਔਖੇ ਲੱਗਦੇ ਆ ਹਮਕੋ ਦੇ ਥੋੜੇ ਠੀਕ ਲੱਗੇ ਤੇ ਹਮਕੋ ਲਿਖ ਦਿੱਤਾ ਬੋਲੋ ਹੁਣ ਜ਼ਬਾਨ ਹੀ ਨਿਕਲਦੀ ਮੂੰਹ ਚੋਂ ਅੱਧੀ ਛੁੱਟੀ ਵੇਲੇ ਤੇ ਤੁਸੀਂ ਐਡੀ ਐਡੀਆਂ ਲੰਬੀਆਂ ਜ਼ਬਾਨਾਂ ਕੱਢੀਆਂ ਹੁੰਦੀਆਂ ਹੁਣ ਵੀ ਕੁਝ ਬੋਲ ਦੋ ਹਮਕੋ ਇੱਕ ਦਿਨ ਕੀ ਛੁੱਟੀ ਚਾਹੀਏ ਹਮਕੋ ਜ਼ਰੂਰੀ ਘਰ ਮੇ ਕੰਮ ਪੜ ਗਿਆ ਹੈ ਮੁਝੇ ਦੇ ਸਪੈਲਿੰਗ ਔਖੇ ਲੱਗੇ ਆ ਤੇ ਹਮਕੋ ਲਿਖ ਦਿੱਤਾ ਇਹੀ ਕੁਝ ਸਿੱਖਿਆ ਤੁਸੀਂ ਪ੍ਰਾਇਮਰੀ ਸਕੂਲ ਤੋਂ ਬਹੁਤ ਮਿਹਨਤ ਦੀ ਲੋੜ ਹੈ ਗੱਲ ਸੁਣੋ 7ਵੀਂ ਕਲਾਸ ਬੜੇ ਤੁਹਾਡੇ ਮੈਨੂੰ ਸ਼ਿਕਾਇਤਾਂ ਮਿਲਦੀਆਂ ਵੀ ਤੁਸੀਂ ਬੜੇ ਅੱਜ ਕੱਲ ਲੈਟਰ ਲੂਟਰ ਰੁਕੇ ਸੁਕੇ ਲਿਖਦੇ ਹੋ ਅੱਜ ਮੈਂ ਲਾਉ ਤੁਹਾਡੀ ਤਲਾਸ਼ੀ ਤੇ ਜੇ ਮੈਨੂੰ ਮਿਲ ਗਿਆ ਨਾ ਤੇ ਉਸੇ ਵੇਲੇ ਨਾਵਾ ਕੱਟ ਕੇ ਤੁਹਾਨੂੰ ਘਰ ਘੱਲੂ ਵੇਖੀ ਫੜਾ ਇਧਰ ਆਪਣੀ ਕਾਪੀ ਤੂੰ ਮਨੀ ਤੇਰੇ ਆ ਲੈ ਲੀਚੀ ਲਗੀ ਪਹਾੜ ਮੈਂ ਪੱਥਰ ਸੇ ਤੋੜ ਦੂੰ ਜਬ ਤੁਮਾਰੀ ਜ਼ਿਆਦਾ ਹੈ ਖਾਣਾ ਪੀਣਾ ਛੋੜ ਦੂੰ ਤੇ ਨਾਲ ਕੀ ਲਿਖਿਆ ਜਿਹੜਾ ਸਾਡੇ ਪਿਆਰ ਦੇ ਰਾਹ ਵਿੱਚ ਆਇਆ ਤੇ ਅਸੀਂ ਉਹਨੂੰ ਦਿਨ ਚ ਤਾਰੇ ਦਿਖਾ ਦਾਂਗੇ ਤੈਨੂੰ ਹੁਣ ਮੈਂ ਦਿਖਾਵਾਂ ਤਾਰੇ ਕਿੱਦਾਂ ਦਿਖਾਈਦੇ ਆ ਸਾਡੇ ਦੇ ਪਿਓ ਨੂੰ ਇਹਨੂੰ ਮੈਂ ਦੱਸਾਂ ਤੁਹਾਡਾ ਮੁੰਡਾ ਪੜਨ ਥੋੜੀ ਹੁੰਦਾ ਤੇ ਲੀਚੀਆਂ ਤੋੜਨ ਹੁੰਦਾ ਪਹਾੜਾਂ ਤੋਂ ਨਾਲੇ ਤਾਰੇ ਵਿਖਾਉਂਦਾ ਫਿਰਦਾ ਲੋਕਾਂ ਨੂੰ ਤੇਰੀ ਉਮਰ ਅਜੇ ਹੈਗੀ ਆ ਆ ਗੱਲਾਂ ਕਰਨ ਦੀ ਜਮੈਟਰੀ ਵੱਲ ਵੇਖ ਕੇ ਨਾ ਆ ਗੱਲਾਂ ਕਰ ਵੀ ਨਾਤੀ ਧੋਤੀ ਰਹਿ ਗਈ ਤੇਰੀ ਪੂਛ ਤੇ ਮੱਖੀ ਬਹਿ ਗਈ ਸਪਾਈਡਰਮੈਨ ਨੂੰ ਤੂੰ ਸਪ੍ਰਿੰਟਮੈਨ ਲਿਖਦਾ ਤਾਂ ਤੂੰ ਤਾਰੇ ਵਿਖਾਏਗਾ ਤੂੰ ਦੁਨੀਆ ਨੂੰ ਹੈ ਉਹਦਨ ਕੰਗਰੈਚੁਲੇਸ਼ਨ ਨੂੰ ਕੰਗਾਰੂਲੇਸ਼ਨ ਲਿਖਿਆ ਸੀ ਇਹਨੇ ਲੀਚੀਆਂ ਤੋਂ ਹਾਂ ਬਈ 8ਵੀਂ ਕਲਾਸ ਦੀਵਾਲੀ ਆਉਣ ਵਾਲੀ ਆ ਲਿਆਓ ਮੈਂ ਸੋਚਿਆ ਤੁਹਾਡੀ ਤਲਾਸ਼ੀ ਲੈ ਲਾਂ ਤੁਸੀਂ ਲਿਆਂਦੇ ਹੋਣੇ
ਗਿਫਟ ਗੁਫਟ ਹਨਾ ਆਪਣੀਆਂ ਸਹੇਲੀਆਂ ਬਾਲੀਆਂ ਲਈ। ਤੂੰ ਖੜਾ ਰੋਲ ਨੰਬਰ ਨਾ, ਤੇਰੇ ਤੇ ਤਾਂ ਮੈਨੂੰ ਬੜਾ ਸ਼ੱਕ ਆ। ਖੜਾ ਇਧਰ ਆਪਣੀ ਕਾਪੀ। ਆ ਲੋ ਜੀ ਪਹਿਲਾ ਹੀ ਮਸਾਲਾ ਹੱਥ ਆ ਗਿਆ। ਇੰਨਾ ਤੂੰ ਕਿਤੇ ਵਿੱਚ ਸੈਂਟ ਪਾਇਆ ਹੈ, ਨਾਲੇ ਪਾਊਡਰ ਲਾਇਆ, ਕਿੱਥੋਂ ਹੁੰਦੇ ਇੰਨੇ ਪੈਸੇ? ਜੇ ਤੂੰ ਮੈਨੂੰ ਸੱਚਾ ਪਿਆਰ ਕਰਦੀ ਆ ਤੇ ਅੱਜ 4 ਵਜੇ ਕੋਠੇ ਤੇ ਜ਼ਰੂਰ ਚੜੀ ਤੇ ਮੈਨੂੰ ਮਾੜਾ ਜਿਹਾ ਬਾਏ ਬਾਏ ਕਰਦੀ, ਮੈਂ ਸਮਝ ਜਾਊਂਗਾ ਤੇਰੀ ਹਾਂ ਆ। ਅੱਛਾ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਗੀ ਪਿਆਰ ਸੋਣੀਏ। ਹੋ 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 ਤੁਹਾਡਾ ਬੇੜਾ ਗਰਕ ਚੁੱਕਿਆ, ਮੈਨੂੰ ਲੱਗ ਗਿਆ ਹਿਸਾਬ ਤੁਹਾਡਾ ਹਨਾ। ਹੋਰ ਕੀ ਲਿਖਿਆ? ਮੈਂ ਗਾਣਿਆਂ ਦੀ ਰੀਲ ਭਰਾਈ ਆ ਤੇ ਅੱਜ ਸ਼ਾਮੀ 5 ਵਜੇ ਫੁੱਲੇ ਵੇਚਣ ਵਾਲਾ ਜਿਹੜਾ ਆਊਗਾ ਤੇ ਉਹਨੂੰ ਮੇਰੇ ਲੈਟਰ ਦਾ ਜਵਾਬ ਦੇ ਦੀ। ਤੇਰੀ ਉਡੀਕ ਵਿੱਚ ਤੇਰਾ ਆਪਣਾ ਹਮ ਸਫ਼ਰ। ਕੀ ਕੀਤਾ ਜਾਏ ਤੁਹਾਡੇ ਨਾਲ? ਰਾਜ ਡਰਾਇੰਗ ਵਾਲੇ ਸਰ ਜੀ ਆ ਜਾਓ ਕਦੇ, ਮੈਥ ਵਾਲੇ ਸਰ ਕੋਲ ਵੀ ਬਹਿ ਜਾ ਕਰੋ। ਆ ਜਾਓ, ਇੱਕ ਗੱਲ ਕਰਨੀ ਤੁਹਾਡੇ ਨਾਲ, ਭਰਾ ਭਰਾ ਹੀ ਹੈ। ਮੈਂ ਹਾਂ ਹਿੰਦੀ ਵਾਲੀ ਮੈਡਮ ਆਪਣੀਆਂ ਮੋਪੜ ਜੀ ਤੇ ਆਉਂਦੀ ਆ ਤੇ ਆਉਂਦਿਆਂ ਕੁੜੀਆਂ ਨੂੰ 8ਵੀਂ ਕਲਾਸ ਦੀਆਂ ਨੂੰ ਚਾਬੀ ਦੇ ਦਿੰਦੀਆਂ, ਮੇਰੀ ਮੋਪੜ ਚੋਂ ਆਹ ਕੱਢ ਲਿਆਓ, ਮੇਰੀ ਮੋਪੜ ਚੋਂ ਟਿਫਨ ਕੱਢ ਲਿਆਓ, ਮੇਰੀ ਮੋਪੜ ਚੋਂ ਸਕਾਫ ਕੱਢ ਲਿਆਓ, ਮੇਰੀ ਮੋਪੜ ਚੋਂ ਸਲਾਈਆਂ ਕੱਢ ਲਿਆਓ। ਮੈਨੂੰ ਬੜਾ ਇੱਕ ਦਿਨ ਗੁੱਸਾ ਚੜਿਆ ਤੇ ਮੈਂ 8ਵੀਂ ਕਲਾਸ ਦੀਆਂ ਕੁੜੀਆਂ ਨੂੰ ਸੱਦ ਕੇ ਮੈਂ ਵੀ ਇੱਕ ਦਿਨ ਕਿਹਾ, ਮੈਂ ਹਾਂ ਮੇਰੇ ਮੋਟਰਸਾਈਕਲ ਆ ਲਓ ਮੇਰੇ ਮੋਟਰਸਾਈਕਲ ਦੀ ਚਾਬੀ ਤੇ ਉਹ ਜਿਹੜਾ ਟੂਲ ਬਾਕਸ ਜਿਹਾ ਆਉਂਦਾ, ਮੈਂ ਹਾਂ ਉਹਦੇ 'ਚ ਮੈਂ ਹਾਂ ਮੇਰਾ ਟਿਫਨ ਪਿਆ ਤੇ ਲਿਆਓ, ਕੱਢ ਕੇ ਲਿਆਓ, ਗਰਮ ਕਰਕੇ ਖਾਈਏ, ਲੰਚ ਟਾਈਮ ਹੋਇਆ। ਤੇ ਉਹਦੇ ਕੋਲ ਕਿਤੇ ਖੁੱਲਿਆ ਨਾ ਭਾਅ ਜੀ, ਮਾਸਟਰ ਜੀ ਉਹਦੇ ਕੋਲ ਕਿਤੇ ਖੁੱਲਿਆ ਨਾ। ਤੇ ਆਣ ਕੇ ਮੈਨੂੰ ਪਤਾ ਕੀ ਕਹਿੰਦੀ 8ਵੀਂ ਕਲਾਸ ਦੀ ਕੁੜੀ? ਕਹਿੰਦੀ ਸਰ ਜੀ ਤੁਹਾਡੇ ਮੋਟਰਸਾਈਕਲ ਦੀ ਮੋਪੜ ਨਹੀਂ ਖੁੱਲਦੀ। ਮੇਰਾ ਤੇ ਬੱਖੀਆਂ ਥਾਣੀ ਭਾਅ ਜੀ, ਹਾਸਾ ਨਿਕਲੇ, ਉਹੋ ਜਿਹੀਆਂ ਇਹੀ ਤੇ ਉਹੋ ਜਿਹੀਆਂ ਗੋਈ ਹੋਏ ਉਹ ਟੂਲ ਬਕਸ ਨੂੰ ਮੋਪੜ ਕੇ ਵੇਖੀ ਐਤਵਾਰ ਨੂੰ। ਹੱਦ ਮੁੱਕ ਗਈ ਆ ਤੁਹਾਡੀ ਸ਼ਕਤੀਮਾਨ ਵੀ ਵੇਖਦੇ।